ਜੇਕਰ ਤੁਹਾਡੇ ਵੀ ਬਾਈਕ ਨੂੰ ਅੱਗ ਲੱਗਦੀ ਹੈ ਤਾਂ ਤੁਸੀਂ ਆਹ ਕੰਮ ਬਿਲਕੁਲ ਹੀ ਨਹੀਂ ਕਰਨਾ, ਸਿੱਧਾ ਫਾਇਰ ਬ੍ਰਿਗੇਡ ਨੂੰ ਫੋਨ ਕਰਨਾ ਤਾਂ ਜੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਨੂੰ ਅੱਗ ਲੱਗੀ ਹੋਈ ਹੈ ਅਤੇ ਲੋਕ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕੋਈ ਬੋਰੀਆਂ ਗਿੱਲੀਆਂ ਕਰਕੇ ਇਸ ਅੱਗ ਦੇ ਉੱਤੇ ਪਾ ਰਿਹਾ ਅਤੇ ਕੋਈ ਦੂਰ ਤੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਇਸ ਬਾਈਕ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅਚਾਨਕ ਹੀ ਜਦੋਂ ਕਿਹਾ ਜਾ ਰਿਹਾ ਕਿ ਇੱਕ ਬੰਦੇ ਦੇ ਵੱਲੋਂ ਬਾਲਟੀ ਪਾਣੀ ਦੀ ਭਰ ਕੇ ਇਸ ਬਾਈਕ 'ਤੇ ਸੁੱਟੀ ਜਾਂਦੀ ਹੈ ਤਾਂ ਅਚਾਨਕ ਹੀ ਬਾਈਕ ਦੇ ਵਿੱਚ ਜ਼ਬਰਦਸਤ ਬਲਾਸਟ ਹੁੰਦਾ, ਟੈਂਕੀ ਫਟਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਅੱਗ ਫੈਲਦੀ ਹੋਈ ਇੱਕ ਸ਼ਖਸ ਦੇ ਉੱਪਰ ਚਲੀ ਜਾਂਦੀ ਹੈ, ਜਿਸ ਦੇ ਕਾਰਨ ਸ਼ਖਸ ਜੋ ਹੈ ਬੁਰੇ ਤਰੀਕੇ ਦੇ ਨਾਲ ਝੁਲਸਿਆ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਕਦੇ ਵੀ ਜਦੋਂ ਬਾਈਕ ਨੂੰ ਅੱਗ ਲੱਗਦੀ ਹੈ ਤਾਂ ਤੁਸੀਂ ਉਸਦੇ ਉੱਤੇ ਕਦੇ ਵੀ ਪਾਣੀ ਨਹੀਂ ਪਾਉਣਾ, ਹਾਲਾਂਕਿ ਮੌਕੇ ਦੇ ਉੱਤੇ ਹੀ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਹੈ ਜਾਂ ਫਿਰ ਅੱਗ ਬੁਝਾਊ ਯੰਤਰ ਦਾ ਪ੍ਰਯੋਗ ਕਰਨਾ। ਕਦੇ ਵੀ ਕੋਈ ਦੇਸੀ ਨੁਕਤਾ ਜੋ ਹੈ ਉਹ ਨਹੀਂ ਅਪਣਾਉਣਾ, ਜਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਅਪਣਾ ਰਹੇ ਨੇ। ਹਾਲਾਂਕਿ ਦੱਸ ਦਈਏ ਕਿ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਜਿਸ ਦੇ ਵਿੱਚ ਗੈਸ ਸਿਲੰਡਰ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਗਿੱਲੀ ਬੋਰੀ ਕਰਕੇ ਉਸ ਸਿਲੰਡਰ ਦੇ ਆਲੇ ਦੁਆਲੇ ਗੋਲ ਕਰਕੇ ਘੁਮਾ ਦਿਓ ਤਾਂ ਉਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਦੱਸ ਦਈਏ ਕਿ ਬਾਈਕ ਦੇ ਵਿੱਚ ਵੀ ਇਸੇ ਤਰੀਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਕਿੰਨੀ ਕੁ ਨੁਕਸਾਨ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ। ਦੱਸ ਦਈਏ ਕਿ ਜੋ ਰੈੱਡ ਕਲਰ ਦੀ ਇੱਕ ਟੀ ਸ਼ਰਟ ਪਾ ਕੇ ਸ਼ਖਸ ਖੜ੍ਹਾ ਇਹ ਬੁਰੇ ਤਰੀਕੇ ਦੇ ਨਾਲ ਝੁਲਸਿਆ, ਅਚਾਨਕ ਹੀ ਜੋ ਬਾਈਕ ਦੀ ਟੈਂਕੀ ਹੈ ਉਸਦੇ ਵਿੱਚ ਬਲਾਸਟ ਹੁੰਦਾ, ਹਾਲਾਂਕਿ ਪੈਟਰੋਲ ਹੁੰਦਾ ਅਤੇ ਅੱਗ ਜੋ ਹੈ ਸਾਰੀ ਹੀ ਇਸਦੇ ਉੱਪਰ ਚਲੀ ਜਾਂਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਦੇ ਨਾਲ ਨਾਲ ਇੱਕ ਹੋਰ ਵੀ ਵਿਅਕਤੀ ਝੁਲਸਿਆ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤਾਂ ਉਸ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਜੇਕਰ ਤੁਹਾਡੇ ਵੀ ਬਾਈਕ ਨੂੰ ਅੱਗ ਲੱਗਦੀ ਹੈ ਤਾਂ ਤੁਸੀਂ ਆਹ ਕੰਮ ਬਿਲਕੁਲ ਹੀ ਨਹੀਂ ਕਰਨਾ, ਸਿੱਧਾ ਫਾਇਰ ਬ੍ਰਿਗੇਡ ਨੂੰ ਫੋਨ ਕਰਨਾ ਤਾਂ ਜੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਨੂੰ ਅੱਗ ਲੱਗੀ ਹੋਈ ਹੈ ਅਤੇ ਲੋਕ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕੋਈ ਬੋਰੀਆਂ ਗਿੱਲੀਆਂ ਕਰਕੇ ਇਸ ਅੱਗ ਦੇ ਉੱਤੇ ਪਾ ਰਿਹਾ ਅਤੇ ਕੋਈ ਦੂਰ ਤੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਇਸ ਬਾਈਕ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅਚਾਨਕ ਹੀ ਜਦੋਂ ਕਿਹਾ ਜਾ ਰਿਹਾ ਕਿ ਇੱਕ ਬੰਦੇ ਦੇ ਵੱਲੋਂ ਬਾਲਟੀ ਪਾਣੀ ਦੀ ਭਰ ਕੇ ਇਸ ਬਾਈਕ 'ਤੇ ਸੁੱਟੀ ਜਾਂਦੀ ਹੈ ਤਾਂ ਅਚਾਨਕ ਹੀ ਬਾਈਕ ਦੇ ਵਿੱਚ ਜ਼ਬਰਦਸਤ ਬਲਾਸਟ ਹੁੰਦਾ, ਟੈਂਕੀ ਫਟਦੀ ਹੈ
ਤੇ ਉਸ ਤੋਂ ਬਾਅਦ ਦੇ ਵਿੱਚ ਅੱਗ ਫੈਲਦੀ ਹੋਈ ਇੱਕ ਸ਼ਖਸ ਦੇ ਉੱਪਰ ਚਲੀ ਜਾਂਦੀ ਹੈ, ਜਿਸ ਦੇ ਕਾਰਨ ਸ਼ਖਸ ਜੋ ਹੈ ਬੁਰੇ ਤਰੀਕੇ ਦੇ ਨਾਲ ਝੁਲਸਿਆ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਕਦੇ ਵੀ ਜਦੋਂ ਬਾਈਕ ਨੂੰ ਅੱਗ ਲੱਗਦੀ ਹੈ ਤਾਂ ਤੁਸੀਂ ਉਸਦੇ ਉੱਤੇ ਕਦੇ ਵੀ ਪਾਣੀ ਨਹੀਂ ਪਾਉਣਾ, ਹਾਲਾਂਕਿ ਮੌਕੇ ਦੇ ਉੱਤੇ ਹੀ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਹੈ ਜਾਂ ਫਿਰ ਅੱਗ ਬੁਝਾਊ ਯੰਤਰ ਦਾ ਪ੍ਰਯੋਗ ਕਰਨਾ ਹੈ। ਕਦੇ ਵੀ ਕੋਈ ਦੇਸੀ ਨੁਕਤਾ ਜੋ ਹੈ ਉਹ ਨਹੀਂ ਅਪਣਾਉਣਾ, ਜਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਅਪਣਾ ਰਹੇ ਨੇ। ਹਾਲਾਂਕਿ ਦੱਸ ਦਈਏ ਕਿ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਜਿਸ ਦੇ ਵਿੱਚ ਗੈਸ ਸਿਲੰਡਰ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਗਿੱਲੀ ਬੋਰੀ ਕਰਕੇ ਉਸ ਸਿਲੰਡਰ ਦੇ ਆਲੇ ਦੁਆਲੇ ਗੋਲ ਕਰਕੇ ਘੁਮਾ ਦਿਓ ਤਾਂ ਉਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਦੱਸ ਦਈਏ ਕਿ ਬਾਈਕ ਦੇ ਵਿੱਚ ਵੀ ਇਸੇ ਤਰੀਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਕਿੰਨੀ ਕੁ ਨੁਕਸਾਨ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ। ਦੱਸ ਦਈਏ ਕਿ ਜੋ ਰੈੱਡ ਕਲਰ ਦੀ ਇੱਕ ਟੀ ਸ਼ਰਟ ਪਾ ਕੇ ਸ਼ਖਸ ਖੜ੍ਹਾ ਇਹ ਬੁਰੇ ਤਰੀਕੇ ਦੇ ਨਾਲ ਝੁਲਸਿਆ, ਅਚਾਨਕ ਹੀ ਜੋ ਬਾਈਕ ਦੀ ਟੈਂਕੀ ਹੈ ਉਸਦੇ ਵਿੱਚ ਬਲਾਸਟ ਹੁੰਦਾ, ਹਾਲਾਂਕਿ ਪੈਟਰੋਲ ਹੁੰਦਾ ਅਤੇ ਅੱਗ ਜੋ ਹੈ ਸਾਰੀ ਹੀ ਇਸਦੇ ਉੱਪਰ ਚਲੀ ਜਾਂਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਦੇ ਨਾਲ ਨਾਲ ਇੱਕ ਹੋਰ ਵੀ ਵਿਅਕਤੀ ਝੁਲਸਿਆ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤਾਂ ਉਸ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ।